ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਤੁਹਾਨੂੰ ਐਕਚੁਅਲੀ ਆਪਣਾ ਮੇਲ ਆਇਆ ਅੱਜ ਹਰ ਵੀਕ ਦਾ ਆਪਣਾ ਮਤਲਬ ਦਾ ਗਾਈਆਂ ਨੂੰ ਇੰਸ਼ਰਟ ਫੀਡਿੰਗ ਦੇ ਥਰੂ ਆਪਾਂ ਮੇਲ ਪਾਉਣੇ ਹਾਂ। ਸੋ ਅੱਜ ਤੁਹਾਨੂੰ ਦਿਖਾਉਣੇ ਕਿ ਉਹ ਟਰੱਕ ਕਿਵੇਂ ਆ ਕੇ ਭਰ ਕੇ ਜਾਂਦਾ ਸਾਇਲੋਆਂ ਨੂੰ। ਹਾਂਜੀ ਆਹ ਵੇਖੋ ਜੀ ਆਹ ਟਰੱਕ ਹੈ। ਅਤੇ ਆਹ ਟ੍ਰੇਲਰ ਹੈ ਜੀ ਮਗਰੇ ਦੇ। ਸੋ ਇੰਨੀ ਲੰਬੀ ਹੁੱਕ ਹੁੰਦੀ ਹੈ ਪਿੱਛੇ, ਤਕਰੀਬਨ 15 ਫੁੱਟ ਦਾ ਗੈਪ ਹੁੰਦਾ ਵਿੱਚ, ਜਿਵੇਂ ਉਹ ਫੰਡੇਰਾ ਵਾਲਾ ਸੀ ਉੱਦਣ। ਥੋੜ੍ਹਾ ਜਿਹਾ ਨੋਇਜ਼ੀ ਹੈ ਕਿਉਂਕਿ ਉਹਦਾ ਪੰਪ ਚੱਲੀ ਜਾਂਦਾ ਹਾਈਡਰੋਲਿਕ ਵਾਲਾ। ਸੋ ਜੀ ਇਹ ਐਕਚੁਅਲੀ ਔਗਰ ਸਿਸਟਮ ਹੈ ਇਹਦੇ। ਉੱਧਰ ਦੇਖੋ ਤੁਸੀਂ ਉਹ ਉੱਪਰ, ਹੁਣ ਇਹ ਪਾਇਪ ਹੁੰਦੀ ਹੈ ਜਿਵੇਂ ਆਪਾਂ ਸੇਮ ਚੀਜ਼ ਕੰਬਾਈਨ 'ਚੋਂ ਆਪਾਂ ਦਾਣੇ ਪਾਉਣੇ ਆ ਟਰਾਲੀ 'ਚ, ਸੇਮ ਔਗਰ ਸਿਸਟਮ ਹੈ। ਬਟ ਉਹ ਔਗਰ ਪੀ ਟੀ ਓ ਟਾਈਪ ਹੁੰਦਾ, ਇਹ ਹਾਈਡਰੋਲਿਕ ਹੈ। ਉਹ ਦੇਖੋ ਉੱਪਰ ਪਾਈਪਾਂ ਲੱਗੀਆਂ ਹੋਈਆਂ ਹਾਈਡਰੋਲਿਕ ਦੀਆਂ। ਦੇਖੋ ਆਹ ਪੰਪ, ਹੁਣ ਆਹ ਇੱਕ ਪੂਰੀ ਰੋਡ, ਮਤਲਬ ਪੂਰਾ ਇਹ ਗੇਅਰ ਪੂਰੀ ਟਰੱਕ ਦੇ ਵਿੱਚ ਜਾ ਰਿਹਾ। ਇਹ ਟਰੱਕ ਸਾਰਾ ਵਿੱਚੋਂ ਰੱਖਣੇ ਬਣੇ ਹੋਏ ਆ। ਦੇਖੋ ਜਿਹੜੇ ਆਹ ਜੋੜ ਹੈ ਨੇ ਜੀ, ਆਹ ਦੇਖੋ ਬੋਕਸ ਬਣੇ ਹੋਏ ਆ ਸਾਰੇ 'ਚ। ਸੋ ਇਹ ਮਤਲਬ ਸਾਰਾ ਟ੍ਰੇਲਾ ਇੱਕੋ ਨਹੀਂ, ਇਹ 'ਚ ਮਤਲਬ ਪਲੇਟਾਂ ਲੱਗੀਆਂ ਹੋਈਆਂ, ਕੰਧਾਂ ਬਣੀਆਂ ਹੋਈਆਂ ਤਾਂ ਕਿ ਜੋ ਟਰੱਕ ਦੇ ਬ੍ਰੇਕ ਬੂਕ ਲੱਗਣ ਤਾਂ ਮਤਲਬ ਪਿੱਛੋਂ ਢੱਕ ਨਾ ਲੱਗੇ ਫੀਡ ਦੀ। ਵੇਟ ਬਹੁਤ ਜ਼ਿਆਦਾ ਕਿਉਂਕਿ 17 ਟਨ ਵਜ਼ਨ ਲੈ ਕੇ ਆਇਆ। ਆਹ ਹਾਈਡਰੋਲਿਕ ਪੰਪ ਹੈ ਜੀ, ਸਪੈਸ਼ਲ ਲੱਗਿਆ ਜਿਹੜਾ ਔਗਰ ਨੂੰ ਚਲਾਉਂਦਾ। ਹੁਣ ਮਤਲਬ ਆਹ ਔਗਰ ਟਰੱਕ 'ਚੋਂ ਖਿੱਚ ਕੇ ਲਿਆਉਂਦਾ, ਫਿਰ ਇੱਥੋਂ ਡਾਇਵਰਟ ਹੋ ਕੇ ਇਹ ਉੱਪਰ ਜਾਂਦਾ, ਇੱਥੇ ਵੀ ਔਗਰ ਹੈ ਵਿੱਚ, ਫਿਰ ਉਹ ਤੀਜਾ ਔਗਰ ਉੱਪਰ ਜਾਂਦਾ ਜੀ ਲੈ ਕੇ, ਅਤੇ ਉਹਦੇ ਵਿੱਚ ਸਾਇਲੋ 'ਚ ਸਾਇਲੋ ਭਰੀ ਜਾਂਦਾ ਉਹ। ਆਹ ਦੇਖੋ ਜਿਹੜੇ ਆਹ ਚੀਜ਼ ਹੈ, ਸੋ 7 ਹੈ ਪੂਰੇ ਟਰੱਕ 'ਚ, ਸੋ 7 ਬੋਕਸਿਸ ਹੈ। ਮਤਲਬ ਪਹਿਲਾਂ ਜਦੋਂ ਇਹਨੇ ਸ਼ੁਰੂ ਕਰਨਾ, ਪਹਿਲਾਂ ਇਹਨੂੰ ਖੋਲ੍ਹਣਾ, ਜਦੋਂ ਇਹ ਬੋਕਸ ਖਾਲੀ ਹੋ ਗਿਆ ਫਿਰ ਨੈਕਸਟ, ਫਿਰ ਨੈਕਸਟ ਨੈਕਸਟ, ਇੱਦਾਂ ਸਾਰਾ ਖਾਲੀ ਹੁੰਦਾ। ਇਕੱਠਾ ਨਹੀਂ ਖੋਲ੍ਹਦਾ ਸਾਰਾ, ਨਹੀਂ ਤਾਂ ਔਗਰ ਬੰਦ ਹੋ ਜਾਊਗਾ, ਸਟੱਕ ਹੋ ਜਾਂਦਾ। ਸੋ ਜਦੋਂ ਮਤਲਬ ਇਹ ਖਾਲੀ ਹੋ ਗਿਆ ਤਾਂ ਇਹ 'ਚ ਨੋਇਜ਼ ਆਉਣ ਲੱਗ ਪੈਂਦੀ ਔਗਰ 'ਚੋਂ, ਔਗਰ ਨੋਇਜ਼ ਹੀ ਖੜਕਣ ਲੱਗ ਪੈਂਦਾ ਖਾਲੀ। ਹਜੇ ਕੁ ਹੁਣ ਭਰਿਆ ਚੱਲ ਰਿਹਾ ਤਾਂ ਕੋਈ ਜ਼ਿਆਦਾ ਆਵਾਜ਼ ਨਹੀਂ ਆ ਰਹੀ, ਤਾਂ ਫਿਰ ਉਹ ਇਹਨੂੰ ਬੰਦ ਕਰ ਦੂਗਾ, ਉਹ ਦੂਜੇ ਨੂੰ ਖੋਲ੍ਹ ਦੂਗਾ। ਸੋ ਇਹ ਸਾਰਾ ਇੱਦਾਂ ਹੀ ਚੱਲਦਾ ਜੀ। ਜਦੋਂ ਇਹਨੇ ਫਿਨਿਸ਼ ਕਰਤਾ ਇਹਨੇ ਪੰਪ, ਇਹਨੇ ਬੰਦ ਕਰ ਦੇਣਾ ਹਾਈਡਰੋਲਿਕ ਦਾ। ਸੇਮ ਚੀਜ਼ ਇੱਧਰ ਹੈ ਜੀ, ਸੇਮ ਔਗਰ ਲੱਗਿਆ ਵਿੱਚ, ਸੇਮ ਵਿੱਚ ਬੋਕਸਿਸ ਬਣੇ ਹੋਏ ਆ। ਉਦੋਂ ਜਿਹੜਾ ਦੁੱਧ ਵਾਲਾ ਟੈਂਕਰ ਆਇਆ ਸੀ ਉਹ ਵੀ ਇੱਦਾਂ ਹੀ ਹੈ ਜੀ। ਉਹਦੇ ਵਿੱਚ ਵੀ ਜਿਵੇਂ ਲਿਕੁਇਡ ਹੈ, ਇਹ ਚਲੋ ਹਾਰਡ ਹੈ, ਥਿੱਕ ਸਟੱਫ ਹੈ, ਹੁਣ ਦੁੱਧ ਲਿਕੁਇਡ ਹੈ ਉਹਦਾ ਝੋਲ ਬਹੁਤ ਪੈਂਦੀ ਆ। ਸੋ ਉਹਦੇ ਵਿੱਚ ਵੀ ਰੱਖਣੇ ਹੁੰਦੇ ਆ ਜੀ, ਉਹਦੇ ਵਿੱਚ ਵੀ ਉਹਨੂੰ ਵੀ ਡਿਵਾਈਡ ਕੀਤਾ, ਉਹਦੇ ਵਿੱਚ ਕੰਧਾਂ ਬਣੀਆਂ ਹੁੰਦੀਆਂ, ਥੱਲੇ ਬੋਟਮ 'ਚ ਮਤਲਬ ਮੋਰੇ ਰੱਖੇ ਹੁੰਦੇ ਵੀ ਦੁੱਧ ਨਿਕਲਣ ਨੂੰ। ਅਤੇ ਜਦੋਂ ਵੀ ਮਤਲਬ ਬ੍ਰੇਕ ਲਾਉਂਦੇ ਆ, ਚਾਹੇ ਭਾਵੇਂ ਐਮਰਜੈਂਸੀ ਬ੍ਰੇਕ ਲਾ ਦੇਣ, ਤਾਂ ਵੀ ਦੁੱਧ ਝੋਲ ਨਹੀਂ ਪਊ ਕਿਉਂਕਿ ਵਿੱਚ ਕੰਧਾਂ ਉਹ ਰੋਕ ਲੈਂਦੀਆਂ ਸਾਰਾ ਕੁਛ ਉਹਨੂੰ। ਸੋ ਇਹ ਵੀ ਟਰੱਕ ਬਹੁਤ ਵੱਡਾ ਹੈ ਜੀ, ਸੋ 17 ਟਨ ਵਜ਼ਨ ਲੈ ਕੇ ਆਇਆ। ਆਹ ਲੀਵਰਸ ਹੈ ਜੀ ਹਾਈਡਰੋਲਿਕ ਦੇ, ਜਿਵੇਂ ਮਤਲਬ ਹੁਣ ਉਹ ਡਰਾਈਵਰ ਨੂੰ ਪਤਾ ਕਿ ਕਿਹਦੇ ਨਾਲ ਚੱਕਿਆ ਜਾਣਾ, ਕਿਹਦੇ ਨਾਲ ਲੈਫਟ ਰਾਈਟ ਜਾਂਦਾ, ਅਤੇ ਫਿਰ ਸਟਾਰਟ ਕਿਵੇਂ ਕਰਨਾ। ਸੋ ਇਹ ਇੱਦਾਂ ਆਉਂਦਾ ਜੀ, ਹੁਣ 17 ਟਨ ਆਇਆ, ਇੱਕ ਸਾਇਲੋ 'ਚ ਆਪਣੇ 'ਚ ਤਕਰੀਬਨ 15 ਟਨ ਪੈ ਜਾਂਦਾ, 2 ਸਾਇਲੋ ਆਪਣੇ। ਸੋ ਉਹਨੇ 15 ਟਨ ਮੂਹਰਲਾ ਭਰਤਾ, ਜਿਹੜਾ ਬਚਿਆ ਉਹ ਹੁਣ ਮਗਰ ਪਾਈ ਜਾਂਦਾ। ਜਦੋਂ ਨੈਕਸਟ ਟਾਈਮ ਆਊਗਾ ਉਦੋਂ ਮਗਰਲਾ ਪਹਿਲਾਂ ਭਰੂਗਾ, ਫਿਰ ਜਿਹੜਾ ਬਚਿਆ ਮੂਹਰਲੇ 'ਚ ਪਾ ਦੂਗਾ। ਉਹ ਦੇਖੋ ਹੁਣ ਉਹਨੇ ਉਹ ਖੋਲ੍ਹਤਾ, ਠੀਕ ਹੈ, ਉਦੋਂ ਮਗਰਲਾ ਖਾਲੀ ਹੋ ਗਿਆ, ਫਿਰ ਉਹਨੇ ਨੈਕਸਟ ਖੋਲ੍ਹਤਾ, ਹੁਣ ਉਹਦੇ 'ਚ ਜਾਣ ਲੱਗ ਪੈਣਾ। ਆਹ ਦੇਖੋ ਆਹ ਇਹ ਪੂਰੇ ਟਰੱਕ ਦੇ ਵਿੱਚ ਦੀ ਔਗਰ ਆਉਂਦਾ ਸਾਰਾ, ਸੋ ਇੱਥੋਂ ਖਿੱਚ ਖਿੱਚ ਕੇ ਲਈ ਜਾਂਦਾ, ਉੱਧਰ ਪਾਈ ਜਾਂਦਾ। ਉਹਦੀ ਇਹ ਡਰਾਈਵਰ ਐਕਚੁਅਲੀ, ਇਹ ਹੋਰ ਵੱਡੀ ਗੱਲ ਦੱਸਾਂ ਤੁਹਾਨੂੰ, ਇਹ ਟਰੱਕ ਦੇ ਟਾਇਰ ਕਦੇ ਲੀਹ ਨਹੀਂ ਪਾੜਦੇ, ਪਤਾ ਨਹੀਂ ਕਿੱਦਾਂ ਮਤਲਬ ਟੈਕਨੋਲੋਜੀ ਹੈ। ਕਟਾਈ ਮੂਹਰਲੇ ਦੋਨੇ ਟਾਇਰਾਂ ਦੀ ਹੁੰਦੀ ਹੈ, ਇਹਦੀ ਵੀ ਅਤੇ ਉਹਦੀ ਵੀ, ਦੋਵੇਂ ਟਾਇਰ ਮੁੜਨਗੇ ਜੋ ਕਟਾਈ ਕਰੂਗਾ, ਜਾਂ ਜਿੱਧਰ ਨੂੰ ਮਰਜ਼ੀ ਜਿੱਥੋਂ ਦੀ ਮਤਲਬ ਆਹ ਟਾਇਰ ਲੰਘਣਗੇ ਮੂਹਰਲੇ, ਚਲੋ ਠੀਕ ਹੈ, ਜਦੋਂ ਜਿੱਥੋਂ ਦੀ ਆਹ ਟਾਇਰ ਲੰਘਣਗੇ ਮਗਰਲੇ ਟਾਇਰ ਇਹਦੇ ਨਾਲ ਹੀ ਲੰਘਣਗੇ ਉੱਤੋਂ ਦੀ ਸੇਮ ਪੈਣਾ ਤੋਂ, ਕਿਉਂਕਿ ਇਹਨਾਂ ਨੇ ਤਾਂ ਹੀ ਆਈ ਥਿੰਕ ਇੰਨਾ ਗੈਪ ਪਾਇਆ ਵਿੱਚ 15 ਫੁੱਟ ਦਾ, ਤਾਂ ਕਿ ਡਰਾਈਵਰ ਨੂੰ ਈਜ਼ੀ ਆਸਾਨੀ ਰਹਿੰਦੀ ਹੈ ਮੋੜਨ ਵੇਲੇ, ਕਿਉਂਕਿ ਲੰਮਾ ਟਰੱਕ ਬਹੁਤ ਹੈ। ਹੁਣ ਇਹ ਹੋਊਗਾ ਘੱਟ ਤੋਂ ਘੱਟ 50 ਫੁੱਟ, 50-60 ਫੁੱਟ ਲੰਮਾ ਟਰੱਕ। ਸੋ ਇਹ ਕੰਪਨੀਆਂ ਜੀ ਵਾਈਟ ਲਾਈਨ, ਜਿਨ੍ਹਾਂ ਦੇ ਥਰੂ ਆਪਾਂ ਨੂੰ ਇਹ ਡਿਲੀਵਰ ਕਰਦੇ ਆ,
ਠੀਕ ਹੈ ਜੀ, ਲਿਖਿਆ ਸਟੋਕ ਫਰੀ ਡਿਲੀਵਰੀ, ਆਹ ਨੰਬਰ ਹੈ ਇਹਨਾਂ ਦਾ। ਅਤੇ ਜਦੋਂ ਵੀ ਮੰਨ ਲਓ ਆਪਣਾ ਇੱਕ ਸਾਈਲੋ, ਹੁਣ ਜਦੋਂ ਮੂਰ ਮਗਰਲਾ ਸਾਈਲੋ ਖਤਮ ਹੋ ਗਿਆ, ਤੁਹਾਨੂੰ ਮੈਂ ਕੋਲ ਜਾ ਕੇ ਦਿਖਾਉਣਾ ਇੱਕ ਇੰਟਰਸਟਿੰਗ ਚੀਜ਼। ਧਿਆਨ ਨਾਲ ਦੇਖੋ ਤਾਂ ਸਾਈਲੋ ਦੇ ਦੋ ਕੱਚ ਦੇ ਗਲਾਸ ਲੱਗੇ ਹੋਏ ਆ, ਠੀਕ ਹੈ ਜੀ, ਉਹਨਾਂ 'ਚੋਂ ਫੀਡ ਦਿਖਦਾ। ਅਤੇ ਜਦੋਂ ਵੀ ਮਤਲਬ ਉਤਲੇ ਗਲਾਸ ਤੋਂ ਫੀਡ ਥੱਲੇ ਚਲੇ ਜਾਵੇ, ਉਦੋਂ ਹੀ ਆਪਾਂ ਇਹਨੂੰ ਫੋਨ ਕਰਕੇ ਅਗਲੇ ਮਤਲਬ ਦੋ ਜਾਂ ਤਿੰਨਾਂ ਦਿਨਾਂ ਵਿੱਚ ਵਿੱਚ ਆਪੇ ਆ ਕੇ ਡਿਲੀਵਰ ਕਰ ਦਿੰਦੇ ਆ। ਸੋ ਇਸ ਤਰ੍ਹਾਂ ਚੱਲਦਾ ਜੀ ਇਹ। ਆਹ ਆਪਣਾ ਡਰਾਈਵਰ ਭਾਈ ਹੈ, ਠੀਕ ਹੈ ਜੀ, ਧੰਨਵਾਦ ਸਾਰਿਆਂ ਦਾ। ਪਲੀਜ਼ ਸਬਸਕ੍ਰਾਈਬ ਕਰੋ ਜੀ, ਮੈਂ ਹਰ ਵਾਰ ਰਿਕੁਐਸਟ ਕਰਦਾ ਹੁੰਦਾ, ਕਿਉਂਕਿ ਆ ਸਪੈਸ਼ਲੀ ਜਿਹੜੇ ਮੁੰਡੇ ਆਪਣੇ ਨਿਊਜ਼ੀਲੈਂਡ 'ਚ ਡੇਅਰੀ ਫਾਰਮਿੰਗ ਕਰਦੇ ਆ, ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਆ, ਕਿਉਂਕਿ ਆ ਸਿੱਖਣ ਨੂੰ ਬਹੁਤ ਕੁਛ ਮਿਲੂਗਾ। ਜੇ ਸਿੱਖੋਗੇ ਤਾਂ ਹੀ ਸਕਿੱਲ ਆਊਗੀ, ਸਕਿੱਲ ਆਊਗੀ ਤੁਹਾਡੀ ਪੇ ਵਧੂਗੀ, ਪੇ ਵਧੂਗੀ ਤੁਸੀਂ ਮਤਲਬ ਕੰਟਰੈਕਟ ਮਿਲ ਕਰ ਜਾਓਗੇ ਜਾਂ ਸ਼ੇਅਰ ਮਿਲ ਕਰ ਜਾਓਗੇ। ਉਹ ਵੀ ਸਿੱਖਣਾ ਹੀ ਪੈਣਾ ਕੰਮ ਤਾਂ, ਜੇ ਫਾਰਮਿੰਗ ਕਰਨੀ ਹੈ ਤਾਂ। ਸੋ ਹੁਣ ਅਗਲਾ ਖੋਲਤਾ ਜੀ ਹੁਣ, ਠੀਕ ਹੈ ਜੀ, ਸਾਰਿਆਂ ਧੰਨਵਾਦ, ਸਤਿ ਸ਼੍ਰੀ ਅਕਾਲ।